ਲੁਧਿਆਣਾ ਦੇ ਜ਼ਿਲ੍ਹਾ ਹੈੱਡਕੁਆਰਟਰ 'ਚ ਸੱਤ ਕਿਸਾਨ ਸੰਗਠਨਾਂ ਵੱਲੋਂ ਕਿਸਾਨ ਕਰਜ਼ਾ ਮਾਫ਼ੀ ਅਤੇ ਲੋਨ ਦੇਣ ਵੇਲੇ ਉਹਨਾਂ ਤੋਂ ਲੈ ਕੇ ਚੈੱਕ ਵਾਪਸ ਦੇਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਰਾਜ ਭਰ 'ਚ ਜ਼ਿਲ੍ਹਾ ਹੈੱਡਕੁਆਰਟਰ ਦੇ ਬਾਹਰ ਧਰਨੇ ਪ੍ਰਦਰਸ਼ਨ ਕਰਨ ਲਈ ਸਰਕਾਰ ਦੇ ਨਾਮ ਗਿਆਪਨ ਸੌਂਪਿਆ ਗਿਆ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਆਰੋਪ ਸੀ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਸਵਾਮੀਨਾਥਨ ਕਮੇਟੀ, ਕਿਸਾਨ ਕਰਜ਼ ਮਾਫ਼ੀ ਵਰਗੇ ਮੁੱਦਿਆਂ 'ਤੇ ਆਪਣੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੇ ਨੇ। ਬੈਂਕਾਂ ਵੱਲੋਂ ਉਹਨਾਂ ਤੋਂ ਲੈ ਕੇ ਚੈੱਕ ਵਾਪਸ ਨਹੀਂ ਕੀਤੇ ਜਾ ਰਹੇ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਸਾਡਾ ਮੁੱਦਾ ਹੈਗਾ ਕਰਜ਼ਿਆਂ ਦਾ, ਵੀ ਟੋਟਲ ਕਰਜ਼ੇ ਜਿਹੜੇ ਖਤਮ ਹੋਣੇ ਚਾਹੀਦੇ ਆ, ਜਿਵੇਂ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ। ਪਰ ਸਿਰਫ 3400 ਕਰੋੜ ਰੁਪਈਏ ਦਾ ਕਰਜ਼ਾ ਪਿਛਲੇ 2.25 ਸਾਲਾਂ ਦੇ ਵਿੱਚ ਇਹਨੇ ਮਾਫ਼ ਕੀਤਾ ਅਤੇ ਇਹਨੂੰ ਇਹ ਕਰਜ਼ਾ ਮਾਫ਼ੀ ਕਹੀ ਜਾਂਦੀ ਆ। 90,000 ਕਰੋੜ ਰੁਪਈਏ ਦਾ ਕਿਸਾਨਾਂ ਦਾ ਕਰਜ਼ਾ, ਜਿਹਦੇ 'ਚ ਇੱਕ ਨੁੱਕਰ ਵੀ ਨਹੀਂ ਪੂਰੀ, ਜਿਵੇਂ ਸਿਆਣੇ ਕਹਿੰਦੇ ਵੀ ਗੁੜ 'ਚੋਂ ਪੂਣੀ ਵੀ ਨਹੀਂ ਕੱਤੀ। ਬੈਂਕਾਂ ਵਾਲੇ ਜਿਹੜੇ ਖਾਲੀ ਚੈੱਕ ਕਿਸਾਨਾਂ ਤੋਂ ਲੈਂਦੇ ਆ, ਇਹ ਦੂੜੀ ਸਕਿਉਰਟੀ ਲੈਣੀ, ਇੱਕ ਪਾਸੇ ਜਿਹੜੀਆਂ ਜ਼ਮੀਨਾਂ ਗਰਬੀ ਆ ਅਤੇ ਇੱਕ ਪਾਸੇ ਖਾਲੀ ਚੈੱਕ ਲੈਣੇ ਆ, ਇਹ ਇਲੀਗਲ ਆ। ਹਾਈ ਕੋਰਟ ਨੇ ਵੀ ਕਹਿਤਾ, ਪਰ ਇੱਥੋਂ ਦੀ ਜਿਹੜੀ ਮਾਣਯੋਗ ਅਦਾਲਤ ਆ ਅਤੇ ਇੱਥੋਂ ਦੀ ਜਿਹੜੀ ਕੈਪਟਨ ਸਰਕਾਰ ਆ, ਇਹ ਰਲੀਆਂ ਵੀ ਆ। ਇਹ ਕਹਿੰਦੇ ਆ 5 ਏਕੜ ਤਾਈਂ ਵਾਲੇ ਨੂੰ ਕੁਛ ਨਹੀਂ ਕਹਿੰਦੇ, ਕਿਤੇ ਕਹਿੰਦੇ 2.5 ਏਕੜ ਵਾਲੇ ਨੂੰ ਕੁਛ ਨਹੀਂ ਕਹਿੰਦੇ। ਕੀ ਗੱਲ ਆ, ਜਿਹੜੇ ਬੇਜ਼ਮੀਨੇ ਕਿਸਾਨ ਆ ਜਾਂ ਜਿਹੜੇ 10 ਕਿੱਲਿਆਂ ਤੋਂ ਉੱਪਰ ਦੇ ਕਿਸਾਨ ਆ, ਉਹਨਾਂ ਨੇ ਇਲੀਗਲ ਕਾਰਵਾਈ ਜਾਇਜ਼ ਆ। ਅਸੀਂ ਇਹਨੂੰ ਗਲਤ ਮੰਨਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਖਾਲੀ ਚੈੱਕ ਸਾਰੀਆਂ ਬੈਂਕਾਂ ਵਾਪਸ ਕਰਨ ਅਤੇ ਉਹ ਬੈਂਕਾਂ ਜਿਹੜੇ ਉੱਚ ਅਧਿਕਾਰੀ ਆ ਜਿਨ੍ਹਾਂ ਨੇ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ, ਉਹਨਾਂ ਦੇ ਪਰਚੇ ਦਰਜ ਕਰਵਾਏ ਆ, ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ ਅਤੇ ਸਾਰੇ ਕੇਸ ਆ ਜਿਹੜੇ ਉਹ ਵਾਪਸ ਹੋਣੇ ਚਾਹੀਦੇ ਆ। ਅੱਜ ਚੋਣਾਂ ਦੇ ਵਿੱਚ ਜਿਹੜੇ ਰੁਜ਼ਗਾਰ ਦਾ, ਬੇਰੁਜ਼ਗਾਰੀ ਦਾ, ਪੈਨਸ਼ਨਾਂ ਦਾ ਅਤੇ ਕਰਜ਼ਾ ਮਾਫ਼ੀ ਦਾ ਜਾਂ ਹੋਰ ਜਿਹੜੇ ਮੁੱਦੇ ਆ ਸੈਕੂਲਰਿਜ਼ਮ ਦਾ, ਇਹ ਚੋਣਾਂ 'ਚੋਂ ਗਾਇਬ ਰਹੇ ਆ। ਮਹਿੰਗਾਈ ਦਾ ਮੁੱਦਾ ਗਾਇਬ ਰਿਹਾ, ਮੋਦੀ ਕਹਿੰਦਾ ਇਹ ਪਹਿਲੀ ਵਾਰ ਆ ਸਿਰਫ ਚੋਣਾਂ ਇੱਕ ਬੰਸਵਾਦ ਦੇ ਨਾਂ 'ਤੇ ਜਾਂ ਹੋਰ ਝੂਠੇ ਲਾਰੇ ਗਲਤ ਗੱਲਾਂ ਦੇ ਨਾਂ 'ਤੇ ਇਹਨਾਂ ਨੂੰ ਮਿੱਟੀ ਘੱਟੇ ਰੋਲਿਆ। ਬਿਊਰੋ ਰਿਪੋਰਟ, ਲੁਧਿਆਣਾ ਵਿਊ।